ਇੱਕ ਬਾਬਾ ਅਕਾਲ ਰੂਪ ਦੂਜਾ ਰਬ ਬੀ ਰਬ ਬੀ ਮਰਦਾ ਮਹਾਂਪੁਰਖੋ ਤੁਹਾਡੀ ਸੇਵਾ ਲਈ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਭੇਜਿਆ ਜਿਹੜੇ ਮਹਾਤਮਾ ਬਾਕੀ ਸੰਤ ਰੇਣ ਜੀ ਦੇ ਸਾਥੀ ਸੀ ਉਹਨਾਂ ਦੇ ਮਨ ਵਿੱਚ ਕੁਝ ਐਸਾ ਖਿਆਲ ਆਇਆ ਕਿ ਆਪ ਜੀ ਨੇ ਇਸ ਬਾਲਕ ਨੂੰ ਹੱਥੀਂ ਸੇਵਾ ਨਹੀਂ ਕਰਨ ਦਿੱਤੀ ਸਗੋਂ ਉਹਨਾਂ ਨੂੰ ਜਾਣ ਵਾਸਤੇ ਕਹਿ ਦਿੱਤਾ ਵੀ ਕੀ ਕਾਰਨ ਸੀ ਇਹਦਾ ਵਜ੍ਹਾ ਕਥਾ ਦੱਸੋ ਤਾਂ ਸੰਤ ਰੇਣ ਜੀ ਕਹਿੰਦੇ ਮੈਥੋਂ ਉਸ ਬਾਲਕ ਦਾ ਤੇਜ ਪ੍ਰਤਾਪ ਬਰਦਾਸ਼ਤ ਨਹੀਂ ਸੀ ਹੋ ਰਿਹਾ ਇੰਨੀ ਵੱਡੀ ਮਹਾਨ ਆਤਮਾ ਮੇਰੇ ਸਿਰ ਝੁਕਦੇ ਆ ਉਹਨਾਂ ਦੇ ਚਰਨਾਂ 'ਚ ਬੜੀ ਮਹਾਨ ਅਵਸਥਾ ਦੇ ਮਾਲਕ ਸੀ ਸੋ ਸਤਿਗੁਰੂ ਬਾਬਾ ਜੀ ਦੇ ਇਹ ਸ਼ਬਦ ਕਹਿ ਕੇ ਕਿ ਸੰਤ ਰੇਣ ਗੁਰੂ ਜੀ ਸਨ ਗੁਰੂ ਬਾਬਾ ਜੀ ਦੇ ਸਾਨੂੰ ਬਚਣਾ ਚਾਹੀਦਾ ਇਵੇਂ ਦੇ ਪ੍ਰਚਾਰ ਤੋਂ ਲੋੜ ਨਹੀਂ ਹੁੰਦੀ ਕਿਉਂਕਿ ਜਗਤ ਗੁਰੂ ਬਾਬਾ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜਗਤ ਦੇ ਜੀਵਾਂ ਦੇ ਹਿੱਤ ਲਈ ਵਾਹਿਗੁਰੂ ਜੀ ਨੇ ਆਪ ਹੀ ਆਪਣੀ ਕਲਾ ਸ਼ਕਤੀ ਦੁਆਰਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਜਾਮਾ ਧਾਰਨ ਕੀਤਾ ਮਨੁੱਖੀ ਚੋਲਾ ਹੈ ਧਾਰ ਕੇ ਪਰਮਾਤਮਾ ਜਦੋਂ ਵੀ ਕਿਸੇ ਮਾਨ ਕਾਰਜ ਨੂੰ ਕਰਨ ਵਾਸਤੇ ਸਾਧ ਸੰਗਤ ਪ੍ਰਗਟ ਹੁੰਦੇ ਨੇ ਇਹ ਵਾਹਿਗੁਰੂ ਜੀ ਦੀ ਆਪਣੀ ਮੌਜ ਹੈ ਕਿਉਂਕਿ ਰੋਜੀ ਦਾਤਾ ਹੈ ਜਗਤ ਦਾ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਦੇ ਰੂਪ 'ਚ ਪ੍ਰਗਟ ਹੋਏ ਇਹ ਮਹਾਂਪੁਰਸ਼ਾਂ ਦੇ ਸੰਤ ਰੇਣ ਜੀ ਦੇ ਬਚਨ ਸੀ ਕਿ ਉਹਨਾਂ ਪਾਸੋਂ ਅਸੀਂ ਸੇਵਾ ਕਰਾ ਕੇ ਆਪਣੇ ਜੁੰਮੇ ਭਾਰ ਨਹੀਂ ਸੀ ਲੈਣਾ ਚਾਹੁੰਦੇ ਮੈਂ ਤਾਂ ਉਹਨਾਂ ਨੂੰ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਹਿ ਦਿੱਤੀ ਸੀ ਆਓ ਐਸੇ ਦੀਨ ਦਿਆਲ ਪਤਿਤ ਪਾਵਨ ਭਗਤ ਵਸਲ ਕਰੁਣਾ ਨਿਦਾਨ ਅੰਤਰਜਾਮੀ ਸਤਿਗੁਰੂ ਨਾਨਕ ਮਹਾਰਾਜ ਜੀ ਨੂੰ ਸਭ ਤੋਂ ਵੱਡਾ ਸਤਿਗੁਰੂ ਨਾਨਕ ਕਹਿ ਦਈਏ ਤਾਂ ਕੋਈ ਪਤ ਕਥਨੀ ਨਹੀਂ ਹੈ ਗੁਰਦੇਵ ਜੀ ਸਤਿਗੁਰੂ ਨਾਨਕ ਮਹਾਰਾਜ ਜਦੋਂ ਵੀ ਸੰਸਾਰ ਦੇ ਜੀਵਾਂ ਦੇ ਹਿੱਤ ਲਈ ਸੰਸਾਰ 'ਤੇ ਪ੍ਰਗਟ ਹੋ ਕੇ ਮਹਾਨ ਪਰਉਪਕਾਰ ਕਿਸੇ ਵੀ ਥਾਂ ਕਿਸੇ ਵੀ ਜਗ੍ਹਾ ਕਰਦੇ ਨੇ ਤਾਂ ਉਹਦਾ ਪ੍ਰਭਾਵ ਇੰਨਾ ਕੁ ਚੰਗਾ ਪੈਂਦਾ ਸੀ ਹਰੇਕ ਸਤਿਗੁਰੂ ਬਾਬਾ ਜੀ ਦਾ ਅੱਗੇ ਨਿਮਰਤਾ ਸਹਿਤ ਜਿੱਥੇ ਹੱਥ ਜੋੜਦਾ ਉੱਥੇ ਸੀਸ ਵੀ ਝੁਕਾਉਂਦਾ ਇਵੇਂ ਮਹਾਰਾਜ ਜੀ ਵਿਚਰਦਿਆਂ ਥਾਂ ਪੁਰ ਥਾਂ ਅਨੇਕ ਚਾਰੇ ਉਦਾਸੀਆਂ 'ਚ ਜਿੱਥੇ ਮਹਾਰਾਜ ਜੀ ਨੇ ਹੋਰ ਬਹੁਤ ਵੱਡੀ ਰਹਿਮਤ ਕਿਰਪਾ ਕੀਤੀ ਉੱਥੇ ਹਜ਼ੂਰ ਜੀ ਨੂੰ ਐਸੀਆਂ ਥਾਵਾਂ 'ਤੇ ਵੀ ਜਾਣਾ ਪਿਆ ਸਾਧ ਸੰਗਤ ਜਿਨ੍ਹਾਂ ਥਾਵਾਂ ਦਾ ਜੇ ਇਤਿਹਾਸ ਵਿੱਚ ਜ਼ਿਕਰ ਪੜ੍ਹੀਏ ਤਾਂ ਵਿਦਵਾਨ ਲੋਕਾਂ ਨੇ ਖੋਜਾਰਥੀਆਂ ਨੇ ਖੋਜੀਆਂ ਨੇ ਇਤਿਹਾਸਕਾਰਾਂ ਨੇ ਬਹੁਤ ਸੁੰਦਰ ਬਚਨਾਂ 'ਚ ਸਤਿਗੁਰਾਂ ਦੀ ਉਪਮਾ ਵਡਿਆਈ ਕੀਤੀ ਹੈ ਮਹਾਰਾਜ ਜਿੱਥੇ ਬਿਰਾਜਮਾਨ ਹੁੰਦੇ ਸੀ ਕਿਤੇ ਵੀ ਕੋਈ ਬਚਨ ਕਹਿਣਾ ਉਹਨਾਂ ਵਿੱਚ ਖਡੂਰ ਦੇ ਐਸੇ ਪ੍ਰੇਮੀ ਸਿੱਖ ਵੀ ਸਨ ਜਿਨ੍ਹਾਂ ਵਿੱਚ ਜੋਧ ਜੀ ਦਾ ਨਾਂ ਵੀ ਆਉਂਦਾ ਹੈ ਭਾਈ ਸਿੰਘਾਂ ਜੀ ਇੱਕ ਬੜੇ ਸੱਚੀ ਸੁੱਚੀ ਹੱਕ ਸੱਚ ਦੀ ਕਮਾਈ ਕਿਰਤ ਕਰਨ ਵਾਲੇ ਸਨ ਉਹਨਾਂ ਦਾ ਵੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਐਸੀ ਸੱਚੀ ਕਿਰਤ ਕਰਨ ਵਾਲੇ ਭਾਈ ਸਿੰਘੇ ਬਾਰੇ ਇਤਿਹਾਸ ਵਿੱਚ ਪੜ੍ਹਨ ਦਾ ਸਬੱਬ ਪ੍ਰਾਪਤ ਹੋਇਆ ਉਹਨਾਂ ਨੂੰ ਮਿਹਨਤ ਮਜ਼ਦੂਰੀ ਕਰਦਿਆਂ ਇੱਕ ਦਿਨ ਕੀ ਬਣਿਆ ਤਿੰਨ ਪੈਸੇ ਉਹਨਾਂ ਦਿਨਾਂ ਵਿੱਚ ਤਿੰਨ ਪੈਸੇ ਮਜ਼ਦੂਰੀ ਦੀ ਪ੍ਰਾਪਤੀ ਹੋਈ ਉਹ ਤਿੰਨ ਪੈਸੇ ਲੈ ਕੇ ਦੁਕਾਨ 'ਤੇ ਆਇਆ ਅਤੇ ਦੁਕਾਨ ਦਾ ਮਾਲਕ ਸੀ ਭਾਈ ਲਹਿਣਾ ਦੁਕਾਨ 'ਤੇ ਤਿੰਨ ਪੈਸੇ ਅੱਗੇ ਕਰਕੇ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਕਿਹਾ ਵੀ ਸੇਠ ਜੀ ਆਹ ਲਓ ਮੇਰੇ ਮਾਲਕ ਨੇ ਮੇਰੇ ਵਾਹਿਗੁਰੂ ਨੇ ਮੈਨੂੰ ਤਿੰਨ ਪੈਸੇ ਬਖਸ਼ੇ ਨੇ ਤਿੰਨ ਪੈਸੇ ਦਾ ਮੈਨੂੰ ਆਟਾ ਦਾਲ ਲੂਣ ਤੇਲ ਹਲਦੀ
ਇਹ ਚੀਜ਼ਾਂ ਤਿੰਨੇ ਚੀਜ਼ਾਂ ਮੈਨੂੰ ਦੇ ਦਿਓ ਜਿੰਨਾ ਕੁ ਮੇਰੇ ਤਿੰਨ ਪੈਸਿਆਂ ਦਾ ਰਾਸ਼ਨ ਬਣਦਾ। ਇੱਕ ਮੈਂ ਹੈ, ਇੱਕ ਮੇਰੇ ਘਰ ਵਾਲੀ ਹੈ, ਅਤੇ ਇੱਕ ਦੋ ਢਾਈ ਸਾਲ ਦਾ ਗੋਦ ਵਿੱਚ ਬੱਚਾ। ਅਸੀਂ ਤਿੰਨ ਜਾਣੇ ਹਾਂ। ਭਾਈ ਲੈਣਾ ਜੀ ਨੇ ਤਿੰਨ ਬੋਕਾਟੇ ਦੇ ਪਾਤੇ, ਜਿਵੇਂ ਜਿਵੇਂ ਭਾਈ ਸਿੰਘਾਂ ਜੀ ਕਹੀ ਗਏ, ਅਤੇ ਆਪਣੀ ਗੱਲ ਵੀ ਸਿੰਘਾਂ ਜੀ ਕਹੀ ਜਾਣ ਵੀ ਤਿੰਨ ਦਿਨ ਦੇ ਭੁੱਖੇ ਹਾਂ, ਬੜੀ ਮੁਸ਼ਕਲ ਨਾਲ ਦਿਹਾੜੀ ਮਿਲੀ ਅਤੇ ਉਹਦੇ ਤਿੰਨ ਪੈਸੇ ਵਜਾਨੇ ਵਿੱਚੋਂ ਮੈਨੂੰ ਇਹ ਕਿਰਤ ਵਿੱਚ ਪੈਸੇ ਪ੍ਰਾਪਤ ਹੋਏ ਨੇ। ਇਵੇਂ ਦੀਆਂ ਗੱਲਾਂ ਬੜੇ ਪਿਆਰ ਵਿੱਚ ਜਿਉਂ ਜਿਉਂ ਲਹਿਣਾ ਜੀ ਸੁਣੀ ਜਾਣ, ਸੀਆਂ ਜੀ ਆਖੀ ਜਾਣ, ਮਜ਼ਦੂਰੀ ਕਰਦਿਆਂ ਕੱਲ੍ਹ ਦੇ ਪਰਸੋਂ ਦੇ ਅੱਜ ਤੀਸਰਾ ਦਿਨ ਸੀ, ਹੁਣ ਅੱਗੋਂ ਪਤਾ ਨਹੀਂ ਸਬੱਬ ਪਾਰ ਬ੍ਰਹਮ ਪਰਮਾਤਮਾ ਦੇ ਰੰਗਾਂ ਦਾ ਕਿ ਫਿਰ ਸਾਨੂੰ ਇਹ ਕਿਰਤ ਦੀ ਕਮਾਈ ਹੋਰ ਕਦੋਂ ਪ੍ਰਾਪਤ ਹੋਣੀ ਹੈ। ਘਰ ਵਾਲੀ ਵੀ ਭੁੱਖੀ ਬੈਠੀ ਹੈ, ਬੱਚਾ ਵੀ ਭੁੱਖਾ, ਅਤੇ ਮੈਂ ਵੀ ਭੁੱਖਣ ਪਾਣੇ ਜੋ ਕੁਝ ਹੁੰਦਾ ਕੀਤਾ ਜਾ ਰਿਹਾ। ਬਸ ਭੁੱਖ ਬੜੀ ਮਾੜੀ ਚੀਜ਼ ਹੈ, ਇਵੇਂ ਦੇ ਸ਼ਬਦ ਕਹਿ ਕਾ ਕੇ ਅਤੇ ਬੜੀ ਮਿਹਨਤ ਕਰਕੇ ਤਿੰਨ ਪੈਸੇ ਮਿਲੇ। ਲੈਣਾ ਜੀ ਕਹਿੰਦੇ ਕੋਈ ਗੱਲ ਨਹੀਂ, ਤੇਰੀਆਂ ਗੱਲਾਂ ਸੁਣ ਕੇ ਮੇਰਾ ਵੀ ਮਨ ਸਗੋਂ ਪਸੀਜ ਗਿਆ। ਆ ਤੇਰਾ ਤਿੰਨ ਪੈਸਿਆਂ ਦਾ ਬਣਦਾ ਸੌਦਾ ਤੈਨੂੰ ਦੇਤਾ ਮੈਂ, ਪਰ ਮੈਂ ਤਰਸ ਕਰਕੇ ਤੈਨੂੰ ਆਪਣੇ ਵੱਲੋਂ ਆ ਕੁਝ ਆਟਾ ਹੋਰ ਪਾ ਦੇਣਾ, ਤੇਰਾ ਅਗਲਾ ਦਿਨ ਵੀ ਸੌਖਾ ਲੰਘ ਜਾਣਾ। ਭਾਈ ਲਹਿਣਾ ਜੀ ਨੇ ਜਦੋਂ ਇਵੇਂ ਕਹਿੰਦਿਆਂ ਕਹਿੰਦਿਆਂ ਆਟਾ ਵੱਧ ਪਾਤਾ ਤਾਂ ਸਿੰਘਾਂ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਲਹਿਣਾ ਜੀ ਸੁਣ, ਮੇਰੀ ਬੇਨਤੀ ਹੈ ਕਿ ਮੈਂ ਆਪਣੀ ਕਮਾਈ ਦਾ, ਆਪਣੀ ਹੱਕ ਸੱਚ ਦੀ ਕਮਾਈ ਤੋਂ ਬਿਨਾਂ ਹੋਰ ਕੋਈ ਰਸਤ ਵਸਤਾ ਆਪ ਜੀ ਕੋਲੋਂ ਲੈ ਕੇ ਜਾਣਾ ਠੀਕ ਨਹੀਂ ਸਮਝਦਾ, ਕਿਉਂਕਿ ਮੇਰੇ ਸਤਿਗੁਰੂ ਦਾ ਮੈਨੂੰ ਹੁਕਮ ਨਹੀਂ ਹੈ। ਭਾਵੇਂ ਤੁਸੀਂ ਮੇਰੀ ਹਾਲਤ ਵੇਖ ਕੇ ਸੁਣ ਕੇ ਤਰਸ ਖਾ ਕੇ ਮੇਰੇ ਵਾਸਤੇ ਇਹ ਪਰਉਪਕਾਰ ਕੀਤਾ, ਪਰ ਮੇਰੇ ਸਤਿਗੁਰਾਂ ਦਾ ਹੁਕਮ ਨਹੀਂ ਹੈ। ਕਿਉਂਕਿ ਸੌਦੇ ਤੋਲਣ ਵੇਲੇ ਜਿਹੜਾ ਤੂੰ ਆਟਾ ਵੱਧ ਪਾਤਾ, ਤੋਲ ਵਿੱਚ ਰਾਸ਼ਨ ਜ਼ਿਆਦਾ ਪਾ ਰਿਹਾ, ਇਹ ਮੇਰੀ ਕਮਾਈ ਦਾ ਹਿੱਸਾ ਨਹੀਂ ਹੈ, ਮੇਰੇ ਸਤਿਗੁਰੂ ਨਾਰਾਜ਼ ਹੋ ਜਾਣਗੇ। ਜਦੋਂ ਇਹ ਸ਼ਬਦ ਕਹਿ ਵੀ ਮੇਰੇ ਸਤਿਗੁਰੂ ਨਾਰਾਜ਼ ਹੋਣਗੇ, ਮੈਨੂੰ ਇਹ ਚੰਗਾ ਨਹੀਂ ਲੱਗਦਾ। ਮੈਂ ਤਾਂ ਤੇਰੀ ਗਰੀਬੀ ਸਮਝ ਕੇ ਭਾਈ ਸਿੰਘਾਂ ਜੀ ਤੇਰੀ ਹਾਲਤ ਵੇਖ ਕੇ ਤਰਸ ਖਾ ਕੇ ਦਿੱਤਾ। ਕਹਿੰਦੇ ਨਹੀਂ, ਜਿੰਨਾ ਵੱਧ ਆਟਾ ਅਤੇ ਰਾਸ਼ਨ ਤੁਸੀਂ ਪਾਇਆ, ਕਿਰਪਾ ਕਰੋ ਇਹਨੂੰ ਵਾਪਸ ਕੱਢੋ, ਮੇਰੀ ਇੱਛਾ ਕੋਈ ਨਹੀਂ, ਕਿਉਂਕਿ ਰੀਝ ਕੇ ਮੇਰੀ ਸ਼ਰਧਾ ਦੀ ਝੋਲੀ 'ਚ ਸਿੱਖੀ ਬਖਸ਼ੀ ਆ ਮੇਰੇ ਸਤਿਗੁਰਾਂ ਨੇ। ਕਿੰਨੇ ਪ੍ਰਸੰਨ ਹੋ ਕੇ ਮੈਨੂੰ ਹੁਕਮ ਕੀਤਾ ਸੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਮੈਂ ਆਪਣੇ ਸਤਿਗੁਰਾਂ ਦੇ ਹੁਕਮਾਂ ਦੀ ਕਿਤੇ ਹੁਕਮ ਅਦੂਲੀ ਨਾ ਕਰ ਬੈਠਾਂ। ਬਸ ਇਹ ਮੇਰੀ ਬੇਨਤੀ ਹੈ ਵੀ ਤੁਸੀਂ ਬਾਕੀ ਵੱਧ ਰਾਸ਼ਨ ਜਿਹੜਾ ਮੇਰੇ ਤਿੰਨ ਪੈਸਿਆਂ ਤੋਂ ਪਾਇਆ ਇਹ ਵਾਪਸ ਕਰੋ। ਉਹ ਤੂੰ ਗਰੀਬ ਆ, ਕੋਈ ਗੱਲ ਨਹੀਂ, ਭਾਈ ਲਹਿਣਾ ਜੀ ਨੇ ਫਿਰ ਪਿਆਰ 'ਚ ਕਹੇ। ਉਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਦੀ ਅਵਸਥਾ ਸੀ ਕਿ ਰੱਬ ਦੇ ਪਿਆਰੇ ਭਾਈ ਸਿੰਘਾਂ ਜੀ ਅਤੇ ਭਾਈ ਲਹਿਣਾ ਜੀ ਦੋਨੋਂ ਆਪਸ ਵਿੱਚ ਇਵੇਂ ਦੀ ਵਿਚਾਰ ਕਰ ਰਹੇ ਨੇ। ਆਪਣਾ ਬਣਦਾ ਰਾਸ਼ਨ ਲੈ ਕੇ ਭਾਈ ਸਿੰਘਾਂ ਜੀ ਘਰ ਆ ਗਏ। ਆ ਕੇ ਘਰ ਵਾਲੀ ਨੂੰ ਉਹਨੇ ਕਹਿਤਾ ਵੀ ਬਾਗਬਾਨੇ ਦਾ ਭੋਜਨ ਤਿਆਰ ਕਰੋ। ਇੱਧਰੋਂ ਭਾਈ ਲਹਿਣਾ ਜੀ ਦੇ ਮਨ 'ਤੇ ਇੰਨਾ ਕੁ ਪ੍ਰਭਾਵ ਪਿਆ, ਉਹ ਆਪਣੇ ਸਤਿਗੁਰੂ ਦੀ ਉਪਮਾ, ਆਪਣੇ ਸਤਿਗੁਰਾਂ ਦੀ ਬਖਸ਼ੀ ਹੋਈ ਸ਼ਰਧਾ ਦੀ ਝੋਲੀ 'ਚ ਪਾਈ ਹੋਈ ਸਿੱਖੀ ਦਾ ਉਹ ਸ਼ਬਦ ਉਹਨਾਂ ਨੂੰ ਵਾਰ ਵਾਰ ਧਿਆਨ 'ਚ ਆ ਰਿਹਾ ਸੀ ਵੀ ਐਸਾ ਸਿੱਖ, ਇੰਨੀ ਕਿਰਪਾ ਇਹਨਾਂ 'ਤੇ ਗੁਰੂ ਨਾਨਕ ਮਹਾਰਾਜ ਜੀ ਦੀ ਹੋ ਗਈ। ਭਾਈ ਸਿੰਘਾਂ ਜੀ ਨੇ ਜਿਵੇਂ ਹੁਕਮ ਕੀਤਾ ਭੋਜਨ ਪਕਵਾਨ ਤਿਆਰ ਹੋਣ ਲੱਗ ਪਿਆ। ਭਾਈ ਲਹਿਣਾ ਜੀ ਨੇ ਆਪਣੀ ਦੁਕਾਨ ਵਧਾਈ, ਇਹ ਵੇਖਣ ਲਈ ਭਾਈ ਸਿੰਘਾਂ ਦੇ ਘਰ ਵੱਲੋਂ ਆ ਗਏ। ਅੱਗੇ ਜਾ ਕੇ ਭਾਈ ਸਿੰਘਾਂ ਜੀ ਦੇ ਘਰ
ਜਦੋਂ ਭੋਜਨ ਪਕਾ ਕੇ ਤਿੰਨ ਰੋਟੀਆਂ ਤਿੰਨ ਪ੍ਰਸ਼ਾਦੇ ਅਤੇ ਤਿੰਨ ਕੜਛੀਆਂ ਦਾਲ ਦੀ ਬਣੀਆਂ ਤਿੰਨ ਕੌਲੀਆਂ 'ਚ ਪਾ ਲਈਆਂ ਭੋਜਨ ਛਕਣ ਲਈ ਭਾਈ ਸਿੰਘਾਂ ਜੀ ਤਿਆਰ ਬੈਠੇ ਤਾਂ ਉਸ ਵਕਤ ਭਾਈ ਲਹਿਣਾ ਜੀ ਦਰਵਾਜ਼ੇ ਤੋਂ ਬਾਹਰ ਖਲੋਤੇ ਸਾਰਾ ਦ੍ਰਿਸ਼ ਵੇਖਦੇ ਨੇ। ਚਾਨ ਚੱਕ ਇੱਕ ਮੰਗਤਾ ਆ ਗਿਆ ਭਿਖਾਰੀ, ਉਹਨੇ ਆਵਾਜ਼ ਦਿੱਤੀ, ਉੱਚੀ ਆਵਾਜ਼ ਦਿੱਤੀ ਕਿ ਗੁਰੂ ਨਾਨਕ ਕਿਹਾ ਸਿੱਖਾ, ਮੈਨੂੰ ਭੁੱਖ ਲੱਗੀ ਹੈ, ਕਿਰਪਾ ਕਰਕੇ ਮੈਨੂੰ ਭੋਜਨ ਦੇ ਸਕਣ ਵਾਸਤੇ। ਅੱਜ ਪਤਾ ਨਹੀਂ ਕੈਸਾ ਸਬੱਬ ਬਣਿਆ, ਮੈਂ ਸਾਰੇ ਨਗਰ ਵਿੱਚ ਘੁੰਮ ਫਿਰ ਆਇਆ, ਮੈਨੂੰ ਛਕਣ ਲਈ ਭੋਜਨ ਨਹੀਂ ਪ੍ਰਾਪਤ ਹੋਇਆ। ਬੜੇ ਸਤਿਕਾਰ ਨਾਲ ਆਵਾਜ਼ ਦੇਣ ਵਾਲੇ ਮੰਗਤੇ ਭਿਖਾਰੀ ਨੂੰ ਭਾਈ ਸੀਹਾ ਜੀ ਨੇ ਬੈਠਣ ਲਈ ਬੇਨਤੀ ਕਰ ਦਿੱਤੀ, ਹੱਥ ਸੁੱਚੇ ਕਰਾਏ, ਜਲ ਛਕਾਇਆ, ਬੈਠੋ। ਬੜੇ ਸਤਿਕਾਰ ਨਾਲ ਇੱਕ ਪ੍ਰਸ਼ਾਦਾ ਅਤੇ ਇੱਕ ਕੌਲੀ ਦਾਲ ਦੀ ਲਿਆ ਕੇ ਭਾਈ ਸਿੰਘਾਂ ਜੀ ਦੇ ਅੱਗੇ ਪਰੋਸ ਦਿੱਤੀ ਵੀ ਲਓ ਛਕੋ ਮਹਾਂਪੁਰਖੋ। ਭਾਈ ਲਹਿਣਾ ਜੀ ਇਹ ਸਾਰਾ ਕੁਝ ਵੇਖਦੇ ਨੇ, ਇੱਕ ਐਸੀ ਅਵਸਥਾ, ਕਿੰਨੀ ਉੱਚੀ ਅਵਸਥਾ ਦਾ ਇਹ ਮਾਲਕ, ਇੰਨਾ ਗਰੀਬ ਮਜ਼ਦੂਰੀ ਕਰਨ ਵਾਲਾ, ਕਿੰਨਾ ਸਬਰ ਅਤੇ ਸੰਤੋਖ। ਇਹ ਅਵਸਥਾ ਤੋਂ ਭਾਈ ਲਹਿਣਾ ਜੀ ਬਹੁਤ ਜ਼ਿਆਦਾ ਹੀ ਹੈਰਾਨ ਅਤੇ ਪ੍ਰਭਾਵਿਤ ਹੋ ਰਹੇ ਨੇ। ਪ੍ਰਸ਼ਾਦਾ ਛਕ ਲਿਆ, ਇੱਕ ਦੂਸਰਾ ਪ੍ਰਸ਼ਾਦਾ ਛਕਣ ਲਈ ਫਿਰ ਕਹਿ ਦਿੱਤਾ ਕਿ ਕਿਰਪਾ ਕਰੋ, ਜੇ ਇੱਕ ਪ੍ਰਸ਼ਾਦਾ ਹੋਰ ਛਕਾ ਦਿਓ, ਭੁੱਖ ਬਹੁਤ ਜ਼ੋਰ ਦੀ ਲੱਗੀ ਹੋਈ ਸੀ। ਭਾਈ ਲਹਿਣਾ ਜੀ ਨੇ ਘਰਵਾਲੀ ਨੂੰ ਫਿਰ ਕਹਿ ਦਿੱਤਾ ਕਿ ਅਜੇ ਆਪਾਂ ਨਹੀਂ ਛਕਣਾ, ਕਿਉਂਕਿ ਇੱਕ ਪ੍ਰਸ਼ਾਦਾ ਹੋਰ ਲਿਆ ਕੇ ਦਿਓ ਇਹਨਾਂ ਨੂੰ। ਤਿੰਨ ਪ੍ਰਸ਼ਾਦਿਆਂ ਵਿੱਚੋਂ ਦੋ ਪ੍ਰਸ਼ਾਦੇ ਉਸ ਮੰਗ 'ਤੇ ਰੱਬ ਦੇ ਪਿਆਰੇ ਨੇ ਛਕ ਲਏ। ਜਦੋਂ ਭਾਈ ਲਹਿਣਾ ਜੀ ਇਹ ਸਾਰੀ ਅਵਸਥਾ ਦੇਖਦੇ ਹੱਥ ਜੋੜ ਕੇ ਖਲੋਤੇ ਵੀ ਧੰਨ ਹੈ ਵੀ ਐਸਾ ਸਿੱਖ, ਐਸੀ ਕਿਰਪਾ। ਭਾਈ ਸਿੰਘਾਂ ਜੀ ਦੀ ਅਵਸਥਾ ਨੂੰ ਵੇਖ ਕੇ ਭਾਈ ਲਹਿਣਾ ਜੀ ਨੇ ਫਿਰ ਜੋ ਸਤਿਕਾਰ ਵਾਲੇ ਸ਼ਬਦ ਬੋਲੇ ਬੜੇ ਅਦਬ ਅਤੇ ਸਨਮਾਨ ਨਾਲ, ਵੀ ਸਿੰਘਾਂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਐਸੇ ਰੱਬ ਦੇ ਪਿਆਰਿਓ, ਤੁਹਾਡੇ 'ਤੇ ਇੰਨੀ ਵੱਡੀ ਰਹਿਮਤ, ਇੰਨੀ ਵੱਡੀ ਕਿਰਪਾ, ਇੰਨਾ ਸਬਰ ਅਤੇ ਸਿਦਕ, ਇੰਨੇ ਪੱਕੇ ਭਰੋਸੇ ਗੁਰੂ ਬਾਬਾ ਜੀ ਦੇ ਬਚਨਾਂ ਦੀ ਤੁਸੀਂ ਪਾਲਣਾ ਕਰਦੇ ਹੋ, ਧੰਨ ਤੁਸੀਂ, ਧੰਨ ਤੁਹਾਡੀ ਸਿੱਖੀ ਅਤੇ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਵਾਲੇ ਭਾਈ ਸਿੰਘਾਂ ਜੀ ਦਾ ਇਤਿਹਾਸਕਾਰਾਂ ਨੇ ਐਸਾ ਜ਼ਿਕਰ ਕੀਤਾ। ਸੋ ਸਤਿਗੁਰੂ ਨਾਨਕ ਮਹਾਰਾਜ ਜੀ ਦੇ ਅਨਨ ਪਿਆਰੇ ਸੇਵਕ ਗੁਰਦੇਵ ਜੀ ਦੇ ਐਸੇ ਅਨਨ ਬਖਸ਼ੀ ਰੂਹ ਵਾਲੇ ਦੇ ਇਹਨਾਂ ਲਫਜ਼ਾਂ ਤੋਂ ਹੀ ਭਾਈ ਲਹਿਣਾ ਜੀ 'ਤੇ ਬੜਾ ਅਸਰ ਪਿਆ ਸੀ। ਤਦ ਜਾ ਕੇ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਕਰਤਾਰਪੁਰੇ ਮਹਾਰਾਜ ਦੇ ਹਜ਼ੂਰ ਵਿੱਚ ਜਾ ਕੇ ਸੰਗੀ ਬਣੇ, ਸੇਵਕ ਬਣ ਕੇ ਆਪਣਾ ਜਨਮ ਜੀਵਨ ਹੀ ਨਹੀਂ ਸਫਲਾ ਕੀਤਾ। ਭਾਈ ਲਹਿਣਾ ਜੀ ਕਿੰਨੇ ਉੱਚੇ ਰੁਤਬੇ ਮਰਾਤਬੇ ਦੇ ਮਾਲਕ ਬਣੇ। ਸੋ ਇਵੇਂ ਮਹਾਨ ਗੁਰੂ ਪਿਆਰ ਵਾਲੇ ਗੁਰਸਿੱਖਾਂ ਦਾ ਜੇਕਰ ਇਤਿਹਾਸ ਵਿੱਚ ਆਪਾਂ ਪੜ੍ਹਦੇ ਸੁਣਦੇ ਵਿਚਾਰਦੇ ਹਾਂ, ਇਸੇ ਤਰ੍ਹਾਂ ਹੀ ਸਤਿਗੁਰੂ ਨਾਨਕ ਪਾਤਸ਼ਾਹ ਜੀ, ਜਗਤ ਗੁਰੂ ਬਾਬਾ ਜੀ, ਜਦੋਂ ਹਜ਼ੂਰ ਮਹਾਰਾਜ ਜੀ ਨੂੰ ਅਚਲ ਬਟਾਲੇ ਜਾਣ ਦਾ ਮੌਕਾ ਬਣਿਆ, ਉਹ ਆਪਾਂ ਪੜ੍ਹਿਆ ਸਿੱਧ ਬੋਲਣ ਸ਼ੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉਸ ਵਕਤ ਦੇ ਮੌਕੇ ਬੜਾ ਭਾਰੀ ਇਕੱਠ ਸੀ, ਹਜ਼ਾਰਾਂ ਲੋਕ ਦੂਰੋਂ ਨੇੜਿਓਂ ਉਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਸੀ। ਸਤਿਗੁਰੂ ਨਾਨਕ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਿੱਥੇ ਹਰ ਜਸ ਕੀਰਤਨ ਹੋ ਰਿਹਾ, ਉੱਥੇ ਪਾਤਸ਼ਾਹ ਜੀ ਦੇ ਦਰਬਾਰ ਦੀ ਰੌਣਕ, ਜਿਹੜੇ ਮਹਾਤਮਾ ਲੋਕਾਂ ਨੇ ਜਿਨ੍ਹਾਂ ਨੂੰ ਨਾਥ ਜੋਗੀ ਸਿੱਧ ਪੁਰਸ਼ ਕਿਹਾ ਜਾਂਦਾ ਸੀ, ਬੜਾ ਭਾਰੀ ਮੇਲਾ ਉਹਨਾਂ ਦੀ ਵਜ੍ਹਾ ਕਾਰਨ ਲੱਗਦਾ ਹੁੰਦਾ ਸੀ।
ਪਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਸ ਵਾਰ ਵਿਸ਼ੇਸ਼ ਸੰਗਤਾਂ ਦਾ ਇਕੱਠ, ਬਹੁ ਗਿਣਤੀ, ਉਹਨਾਂ ਦੇ ਧੂਣਿਆਂ ਤੋਂ ਉੱਠ ਉੱਠ ਕੇ ਲੋਕ ਸਤਿਗੁਰੂ ਨਾਨਕ ਮਹਾਰਾਜ ਜੀ ਦੀ ਹਜ਼ੂਰੀ 'ਚ ਪੁੱਜ ਰਹੇ ਸੀ। ਸਬੱਬ ਕੀ ਬਣਿਆ ਉਸ ਵਕਤ ਕਿ ਇੱਕ ਐਸਾ ਤਰਖਾਣੇ ਦਾ ਕਾਰਜ ਕਰਨ ਵਾਲਾ ਪ੍ਰੇਮੀ ਆਪਣੇ 10-12 ਸਾਲ ਦੇ ਬੇਟੇ ਨੂੰ, ਬੱਚੇ ਨੂੰ ਨਾਲ ਲੈ ਕੇ ਸਤਿਗੁਰਾਂ ਦੀ ਹਜ਼ੂਰੀ 'ਚ ਆ ਗਿਆ। ਉਹਨੇ ਨਤਮਸਤਕ ਹੋਣਾ ਸੀ, ਪ੍ਰਣਾਮ ਕਰਨਾ ਸੀ। ਗੁਰੂ ਨਾਨਕ ਮਹਾਰਾਜ ਜੀ ਦੀ ਹਜ਼ੂਰੀ 'ਚ ਆਏ ਹੋਏ ਇਸ ਪ੍ਰੇਮੀ ਨੇ, ਇਸ ਸ਼ਰਧਾਲੂ ਨੇ ਹੱਥ ਜੋੜ ਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਮੈਂ ਆਪ ਜੀ ਦੀ ਹਜ਼ੂਰੀ 'ਚ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਪ ਜੀ ਦੇ ਦਰੋਂ ਕਰੋਂ ਸਿੱਖੀ ਸਿਦਕ ਅਤੇ ਭਰੋਸਾ ਮੇਰਾ ਜਨਮ ਜੀਵਨ ਇਸ ਮਾਧਿਅਮ ਤੋਂ ਸਫਲਾ ਹੋ ਜਾਏ, ਮੇਰੇ 'ਤੇ ਰਹਿਮ ਕਰੋ, ਮੇਰੇ 'ਤੇ ਕਿਰਪਾ ਕਰੋ, ਮੈਂ ਭੇਟਾ ਆਪਣੇ ਬੇਟੇ ਨੂੰ ਆਪ ਜੀ ਦੀ ਹਜ਼ੂਰੀ 'ਚ ਰੱਖਦਾ। ਇੱਕ ਬਾਬਾ ਅਕਾਲ ਰੂਪ ਦੋ ਜਾਰ ਇੱਕ ਬਾਬਾ।